ਇਸੇ ਵਾਸਤੇ ਹਜ਼ੂਰ ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਕਿ ਤੁਹਾਡਾ ਈਮਾਨ ਉਸ ਵੇਲੇ ਪੱਕਾ ਹੋ ਸੀ ਜਿਸ ਵੇਲੇ ਸਾਰੀ ਕਾਇਨਾਤ ਤੋਂ ਜ਼ਿਆਦਾ ਮੇਰੇ ਨਾਲ ਮੁਹੱਬਤ ਕਰੋ। ਇਸ ਦੀਆਂ ਕਈ ਵਜ੍ਹਾ, ਕਈ ਵਜ੍ਹਾ, ਇੱਕ ਵਜ੍ਹਾ ਇਹ ਹੈ ਕਿ ਮੁਹੱਬਤ ਜਿਸ ਵੇਲੇ ਗਾਲਿਬ ਹੋ ਜਾਏ ਦਿਲ ਪਰ, ਤੋ ਮੁਹੱਬਤ ਦਿਲ ਪਰ ਗਾਲਿਬ ਨਹੀਂ ਹੋਤੀ, ਬੰਦੇ ਕੇ ਸਰ ਦਿਮਾਗ ਸੇ ਲੈ ਕਰ ਰੂਹ ਤੱਕ ਮਹਿਬੂਬ ਹਾਵੀ ਹੋਤਾ ਹੈ। ਮੁਹੱਬਤ ਮਹਿਬੂਬ ਤੱਕ ਹੀ ਲੈ ਜਾਂਦੀ ਹੈ ਨਾ, ਕਿਉਂ ਅੱਲਾ ਸਰ ਮੁਹੱਬਤ ਮਹਿਬੂਬ ਤੱਕ ਲੈ ਜਾਂਦੀ। ਤੋ ਗੋਇਆ ਨਬੀ ਪਾਕ ਅਲੈਹਿ ਸਲਾਮ ਨੇ ਇਹ ਨਹੀਂ ਫਰਮਾਇਆ ਕਿ ਬਸ ਮੁਝੇ ਹੀ ਦੇਖੋ, ਇਹ ਨਹੀਂ ਫਰਮਾਇਆ, ਫਰਮਾਇਆ ਮੇਰੀ ਮੁਹੱਬਤ, ਮੁਹੱਬਤ ਤਾਂ ਪਰਦਾ ਉਠਾ ਕੇ ਦੇਖੋ ਨਾ, ਮਹਿਬੂਬ ਤੋਂ ਬਗੈਰ ਪਿੱਛੇ ਰਹਿੰਦਾ ਕੀ ਹੈ, ਹਕੀਮਾਨਾ ਬਿਆਨ ਹੈ, ਹਕੀਮਾਨਾ ਬਿਆਨ ਹੈ ਇਹ। ਤੋ ਈਮਾਨ ਕਹਿੰਦੇ ਲਾਇਓ ਮੈਨੂੰ, ਕਹਿੰਦੇ ਪੱਕਾ ਮੂਮਿਨ ਨਹੀਂ ਹੁੰਦਾ। ਈਮਾਨ ਕਿਸੇ ਕਹਿਤੇ ਹੈਂ, ਤਾਬੀਰ ਕਰਤੇ ਹੈਂ ਲੋਕ, ਇਕਰਾਰ ਉਨ ਬਿਲ ਲਿਸਾਨ ਤਸਦੀਕ ਉਨ ਬਿਲ ਕਲਬ, ਇਹ ਈਮਾਨ ਦੀ ਤਾਰੀਫ ਹੈ। ਅਤੇ ਫਰਮਾਇਆ ਨਬੀ ਪਾਕ ਨੇ ਮੇਰੀ ਮੁਹੱਬਤ ਈਮਾਨ ਹੈ, ਮਾਨਾ ਕਿਆ ਹੁਆ ਕਿ ਨਾ ਦਿਲ ਗਾਫਿਲ ਹੋਵੇ ਅਤੇ ਨਾ ਜ਼ਬਾਨ ਚੁੱਪ ਕਰੇ, ਨਾ ਦਿਲ ਗਾਫਿਲ ਹੋਵੇ ਆਪਣੇ ਮਹਿਬੂਬ ਤੋਂ ਔਰ ਨਾ ਜ਼ਬਾਨ ਖਾਮੋਸ਼ ਰਹੇ, ਜ਼ਬਾਨ ਬੋਲਦੀ ਹੀ ਰਹੇ, ਦਿਲ ਮਚਲਦਾ ਹੀ ਰਹੇ। ਇਹ ਹੈ ਉਹ ਬਾਤ ਈਮਾਨ ਕੀ, ਔਰ ਈਮਾਨ ਕੀ ਬੁਨਿਆਦ ਕਿਆ ਹੈ, ਮੁਹੱਬਤ, ਔਰ ਮਹਿਬੂਬ ਮੁਹੱਬਤ ਕੇ ਪਰਦੇ ਮੇਂ ਕਿਆ ਹੈ, ਮਹਿਬੂਬ, ਔਰ ਮਹਿਬੂਬ ਕੌਣ ਹੈ, ਜੋ ਰੱਬ ਕੀ ਵੀ ਮਨਜ਼ੂਰ ਹੈ, ਕੌਮ ਕਾ ਵੀ ਮਨਜ਼ੂਰ ਹੈ।